ਮੈਨੂੰ ਪਿਆਰ ਚਾਹੀਦਾ, ਮੈਨੂੰ ਪੈਸੇ ਵੈਸੇ ਕੁਛ ਨੀ ਚਾਹੀਦਾ ਹੈਗਾ। ਪੈਸੇ ਤਾਂ ਤੇਰੇ ਵੀਰੇ ਕੋਲੇ ਵੀ ਬਹੁਤ ਨੇ, ਧੰਨ ਦੌਲਤ ਸ਼ੌਹਰਤ ਸਾਰਾ ਕੁਛ ਉਹਦੇ ਕੋਲੇ। ਕਿੱਧਰ ਜਾਣਾ ਚਾਹੁੰਦੀ ਤੂੰ? ਭਾਬੀ ਤੇਰੀ ਸ਼ਰਤ ਪੂਰੀ ਹੋ ਗਈ, ਹੁਣ ਮੈਂ ਜਾਣਾ। ਮੈਂ ਤੈਨੂੰ ਕਿਹਾ ਸੀ ਨਾ ਜਾਨੀ, ਮੈਨੂੰ ਤੇਰੇ ਨਾਲ ਸੱਚਾ ਪਿਆਰ ਹੋ ਗਿਆ, ਮੈਂ ਤੈਨੂੰ ਕਿਤੇ ਨਹੀਂ ਜਾਣ ਦਿੰਦੀ ਹੈਗੀ। ਤੇ ਪਿਆਰ ਪੂਰਾ ਰੱਖਦੀ ਗੱਲਾਂ ਛੱਡ ਭਾਬੀ, ਮੈਂ ਜਾਣਾ। ਮੈਂ ਤੈਨੂੰ ਨਹੀਂ ਜਾਣ ਦਿੰਦੀ ਹੈਗੀ, ਐਡਾ ਵੱਡਾ ਧੋਖਾ ਮੇਰੇ ਨਾਲ। ਦੇਖ ਲਾ ਯਾਰ, ਜਦੋਂ ਰਮਨ ਹੁੰਦੀ ਸੀ ਨਾ ਘਰ ਨਾ ਜਗਮਗ ਜਗਮਗ ਕਰਦਾ ਸੀ, ਹੁਣ ਸਾਰੇ ਘਰ ਵਿੱਚ ਸੁਣ ਸੁਣਾ ਹੋਈ ਪਈ ਆ। ਪਾਪਾ ਪਾਪਾ, ਮੰਮਾ ਇੰਨੇ ਦਿਨ ਉੱਥੇ ਆਏ ਕਿਉਂ ਨਹੀਂ? ਯਾਰ ਹੁਣ ਇਹਨੂੰ ਜਵਾਕਰੀ ਨੂੰ ਕੀ ਦੱਸਾਂ ਵੀ ਉਹ ਜਗ ਜਾਨ ਛੱਡ ਕੇ ਤੁਰ ਗਈ ਹੈ। ਚੱਲ ਲਾਉਣੇ ਆ ਬਹਾਨਾ ਕੋਈ। ਪੁੱਤ ਤੇਰੀ ਮੰਮੀ ਤਾਂ ਨਾਨਕੀ ਗਈ ਆ, ਤੇ ਆਪਾਂ ਉਹਨੂੰ ਲੈਣ ਚੱਲਦੇ ਹਾਂ, ਤੁਹਾਡੇ ਵਾਸਤੇ ਚੀਜ਼ੀ ਵੀ ਲਿਆਵਾਂਗੇ, ਠੀਕ ਹੈ? ਚੱਲ ਆਪਾਂ ਚੱਲਦੇ ਹਾਂ, ਆ ਜਾ ਪੁੱਤ। ਮੰਮੀ ਜੀ, ਮੰਮੀ ਜੀ, ਹੋਰ ਮੰਮੀ ਜੀ ਠੀਕ ਹੋ? ਹਾਂ ਪੁੱਤ ਠੀਕ ਆ, ਵਧੀਆ। ਆ ਗਿਆ ਪੁੱਤ। ਮੰਮੀ ਚੁੱਪ ਕਰ, ਹੁਣ ਕੀ ਬਣਦਾ, ਹੁਣ ਰੋਏ ਤੋਂ ਕੀ ਬਣਦਾ, ਹੁਣ ਤਾਂ ਜਿਹੜਾ ਕੁਛ ਹੋਣਾ ਜੀ ਹੋ ਗਿਆ। ਪਰਮਾਤਮਾ ਨੇ ਕੀਤਾ ਜਿਹੜਾ ਕੁਛ ਕੀਤਾ, ਬੰਦੇ ਨੇ ਕੀਤਾ ਤਾਂ ਉਹਨੂੰ ਫੜ ਲਗੇ। ਹਾਂ ਮੰਮੀ ਹੋਰ ਠੀਕ ਹੋ? ਮੈਂ ਵੀ ਇਹੀ ਸੋਚਦਾ ਸੀਗਾ, ਇਹ ਤੜਕੇ ਦੀ ਲੱਗੀ ਪਈ ਆ, ਮੰਮੀ ਕਿੱਥੇ ਗਈ ਆ, ਮੰਮੀ ਕਿੱਥੇ ਗਈ ਆ, ਹੁਣ ਇਹਨੂੰ ਜਵਾਕੜੀ ਨੂੰ ਮੈਂ ਕੀ ਦੱਸਾਂ। ਸਤਿ ਸ਼੍ਰੀ ਅਕਾਲ ਜੀ, ਹੁਣ ਮੈਂ ਇਹਨੂੰ ਜਵਾਕੜੀ ਨੂੰ ਦੱਸ ਕੀ ਦੱਸਾਂ, ਤੇਰਾ ਹਾਰ ਕੇ ਮੈਨੂੰ ਲਿਆਉਣਾ ਪਿਆ ਮਿਲਾਉਣ ਵਾਸਤੇ। ਮੰਮੀ ਹੁਣ ਮੈਨੂੰ ਮੇਰਾ ਵੀ ਔਖਾ ਹੋਇਆ ਪਿਆ ਨਾ, ਇਹਨੂੰ ਨਾਲ ਨਾਲ ਖਿੱਚਣਾ ਪੈਂਦਾ ਜਿੱਧਰ ਵੀ ਜਾਣਾ, ਤੈਨੂੰ ਪਤਾ ਕੰਮ ਧੰਦੀ ਵੀ ਜਾਣਾ ਪੈਂਦਾ ਅੱਜ ਕੱਲ। ਹਾਂ ਪੁੱਤ, ਉਹ ਤਾਂ ਹੁਣ ਮੈਨੂੰ ਵੀ ਪਤਾ ਵੀ ਜੇ ਤੂੰ ਕੰਮ ਧੰਦੇ ਨਾ ਜਾਏਗਾ ਤਾਂ ਤੂੰ ਵੀ ਭੁੱਖਾ ਮਰ ਜਾਏਗਾ, ਅੱਜ ਵਾਕੜੀ ਦਾ ਤਾਂ ਢਿੱਡ ਪਾਲਣਾ ਹੀ ਆ। ਹੋਰ ਮੰਮੀ, ਤੇ ਨਾਲੇ ਮੈਂ ਆ, ਜੇ ਮੈਂ ਹੁਣ ਵਿਆਹ ਕਰਾਉਣਾਗਾ ਨਾ, ਇਹਦੀ ਜ਼ਿੰਦਗੀ ਖਰਾਬ ਹੋ ਜੂ ਜਵਾਕੜੀ ਦੀ। ਹਾਂ ਪੁੱਤ, ਇਹ ਤਾਂ ਹੈ, ਮੈਂ ਤਾਂ ਇਹ ਸੋਚਦੀ ਸੀ ਤੇਰਾ ਵਿਆਹ ਬਾਹਰ ਕਰਨ ਤੋਂ ਆਪਾਂ ਘਰੇ ਨਾ ਵਿਆਹ ਕਰ ਦਈਏ ਸੰਦੀਪ ਨਾਲ ਆਪਣੇ ਨਾਲ। ਘਰੇ ਮੰਮੀ, ਮੈਂ ਤਾਂ ਇਸੇ ਜ਼ਿੰਦਗੀ ਬਾਰੇ ਸੋਚਦਾ ਸੀ, ਦੇਖ ਲਓ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਕਹਿੰਦੇ ਹੋ। ਪੁੱਤ ਜ਼ਿੰਦਗੀ ਨਾਲ ਤਾਂ ਇਹਦੀ ਬਚੀ ਰਹੋ, ਨਾਲੇ ਬਚ ਜੂ ਉਹਦੀ, ਨਾਲੇ ਬਚ ਜੂ ਤੇਰੀ ਜ਼ਿੰਦਗੀ। ਪਤਾ ਕੀ ਹੈ, ਘਰ ਦੀ ਗੱਲ ਹੈ, ਘਰੇ ਹੀ ਰਹਿ ਜੂਗੀ, ਜੇ ਆਪਾਂ ਹੋਰ ਕਿਤੇ ਵਿਆਹ ਕਰਾਂਗੇ ਤੇਰਾ ਪਤਾ ਨੀ ਕਿਹੋ ਜਿਹੀ ਮਾਂ ਆਊਗੀ, ਜਵਾਕੜੀ ਨੂੰ ਰੋਟੀ ਦਊ ਜਾਂ ਨਾ ਦਊਗੀ। ਹੋਰ ਮੰਮੀ, ਮੈਨੂੰ ਵੀ ਔਖਾ ਹੋਇਆ ਪਿਆ ਨਾ, ਬਾਹਰ ਅੰਦਰ ਜਾਣਾ ਪੈਂਦਾ, ਇਹਨੂੰ ਨਾਲ ਖਿੱਚਣਾ ਪੈਂਦਾ ਮੈਨੂੰ। ਚੱਲ ਕੋਈ ਨੀ ਪੁੱਤ, ਤੂੰ ਬੈਠ ਅੰਦਰ, ਅੱਜ ਦੀ ਰਾਤ ਤੂੰ ਰਹਿ ਤੇ ਮੈਂ ਸੰਦੀਪ ਨਾਲ ਗੱਲ ਕਰੂੰਗੀ, ਕੀ ਕਹਿੰਦੀ ਆ। ਚੱਲ ਦੇਖ ਲਾ ਮੰਮੀ ਜਿਵੇਂ ਤੁਸੀਂ ਕਹਿੰਦੇ ਹੋ। ਤੁਸੀਂ ਅੰਦਰ ਜਾ ਕੇ ਬਹਿ ਜਾਓ, ਉਹ ਟੈਲੀਵਿਜ਼ਨ ਚਲਾ ਲਓ, ਦੇਖ ਲਓ, ਤੇ ਮੈਂ ਸੰਦੀਪ ਨਾਲ ਗੱਲ ਕਰਦੀ ਆ ਪੁੱਤ। ਚੱਲ ਠੀਕ ਆ ਮੰਮੀ। ਜਾ ਪੁੱਤ, ਤੂੰ ਵੀ ਅੰਦਰ ਡੈਡੀ ਨਾਲ ਬਹਿ ਜਾ ਜਾ ਕੇ। ਇਹ ਤਾਂ ਸਾਡਾ ਜਮਾਈ ਹੋਈ ਚੰਗਾ, ਜਿਹੜਾ ਮੇਰੀ ਧੀ ਤੇ ਇੰਨੇ ਪੈਸੇ ਲਾ ਕੇ ਫਿਰ ਵੀ ਚੁੱਪ ਕਰਿਆ ਬੈਠਾ। ਨਹੀਂ ਅੱਜ ਕੱਲ ਕੌਣ ਇੰਨੇ ਇੰਨੇ ਪੈਸੇ ਲਾਉਂਦਾ, ਹੱਬਾ ਨੋਟਾਂ ਦਾ ਲਾਤਾ, ਫਿਰ ਵੀ ਪਰ ਮੇਰੀ ਧੀ ਨੂੰ ਆਰਾਮ ਨਹੀਂ ਆਇਆ ਹੈਗਾ। ਹੁਣ ਉਧਰ ਸੰਦੀਪ ਦਾ ਡਰ ਲੱਗੀ ਜਾਂਦਾ ਵੀ ਉਹ ਪੜ੍ਹੀ ਲਿਖੀ ਆ, ਪਤਾ ਨੀ ਮੰਨੂ ਪਤਾ ਨੀ ਨਾ, ਪਰਮਾਤਮਾ ਵਾਹਿਗੁਰੂ ਕਰਕੇ ਮੰਨ ਹੀ ਜਾਵੇ, ਮੇਰੀ ਧੀ ਦਾ ਸਿਰ ਢਕਿਆ ਜਾਊਗਾ।
बना ली पुत्त सब्जी? हाँ मम्मी बस रिज्जी आंदी है, थोड़ा जा टाइम लगूगा। और तेरी पढ़ाई पढ़ुई किवें चली जांदी है? पढ़ाई मेरी ठीक चली जांदी है मां। चल वधिया पुत्त, तेरा ब्याह ना कर दिए पुत्त संदीप हुण? मम्मी तेनू पता तो हैगा हजे मैं ब्याह नहीं करवाउणा, मैनू पढ़ाई तो पूरी कर लैण दो आपदी। पढ़ाई पुत्त तेरी हुण हो तां गई आ, हुण पता की आ मेरे च भी इन्नी पहुंच है नी कि तेनू होर पढ़ा दिया। मैं चाहती सी तेरा ब्याह कर दिए किते। पर मम्मी मैं हजे ब्याह नहीं करवाउणा हैगा, साल तां रुक जाओ। साल साल की ने देखे पुत्त, अज भी करना ते कल भी करना, चुप करके हां कर दे। मम्मी मैं इन्निया क्लासा तो पढ़ गई, एक साल की क्लास मेरी होर आ, की पता मैनू कित नौकरी मिल जाए, चंगी जॉब लग जाए। मैं जॉब जुग नू छड़ पुत, तेनू पता ही है अमन किन्ना पढ़ी सी अपनी, अक्सर नू तेनू पता घरे रोटियां ही लाउणियां हुंदियां कुड़ियां ने, तां नाले सरकार केड़ा अजकल दी चंगी आ वी चलदिआं नू ही नौकरी दे दिंदे ने। चल तेनू मैं एक कम कहिंदी सी, जे तू ना ना करेंगी तां तेरे जीजे नाल ना तेरा रिश्ता कर दिए। जीजे नाल? मम्मी ओह वी मेरा रिश्ता, तेनू पता ना ओहदी उम्र किन्नी है ते मेरी उम्र किन्नी है। कोई नहीं पुत, उमरां च कुछ नहीं रखिया, मैं तो यह चाहती सी भी नाल नाल उह जवाकड़ी दा सिर ढकिया जाऊ, ते नाले चल तेरा मेरे सिरों भार लै जूगा। कुछ नहीं हुंदा पुत, अज नहीं तो सवेरे करना ही है, चाहे इत्थे चाहे दी उत्थे, तू मेरी सहु खा भी तू ना नहीं करेंगी। पर मां मेरे चार मान तो विच ही रुल जाणगे। कोई नहीं पुत, चार मानां नूं की आ, कुछ नहीं हुंदा, उह जवाकड़ी कन्नी देख तू, उह बेचारी बिर बिर करदी आ मां तो बिना। तू मेरी सहु खा के कह दे भी मां मैं ना नहीं करदी, क्यों आई करदी पुत, मेरिया अंदरां ठर जाणगियां। मां मैं तेनू कदे मना नहीं करदी हैगी, तेरी गल मैनू हर एक सिर मत्थे मंजूर है जिवें तू करदी, पर रो ना मां। पुत मैं तां तेनू अमन करके कहनी आ, जे अमन नू कुछ ना होया हुंदा मैं तेरा ब्याह होर किते भी कर दिंदी, पर आपां अपनी धी कन्नी देखणा पुत। मां तू रो ना, मां तू रो ना। हाय पुत धन्नवाद तेरा, तू मेनू ना नहीं कीती हैगी, मेनू माण सी मेरी धी ते तू मेनू ना नहीं करती हैगी, जिउंदी वासी रह पुत, रब तेरी लंबी उम्र करे। मां ए ते मां नाल केड़ी गल, तू मेरी मां है, मैं तेरी ना गल मन्नू तो हुण की दी मन्नू। चल कोई नहीं पुत, आए आपां चलदे आं, तू रो ना, चल उठ। सौ गया सी पुत? नहीं सुत्ता नहीं, मैं आख्या कि रोटी पानी खाधी है जवाक दी अखी ना लग गई होवे। नहीं मम्मी। पुत मैं तां तैनू आए कहंदी सी अपनी संदीप मन गई आ। अच्छा मेरे नाल ब्याह करवाउण मन गई? हां पुत मन गई, ओ कहंदी कोई नी मां जिवें तैनू मंजूर आ मेनू ओवी मंजूर आ। ओ तां इन्नी पढ़ी लिखी होवे फिर मेरे नाल ब्याह किवें करा लूगी? कोई नी पुत, आपां जवाकड़ी दी खातर देखणा, आपां उहदे शौक नहीं देखणे हैगे। चलो देख लो मन गई तां। कोई नी पुत, हुण तेरा रोटी पानी खाधा होया, तू पै जा ते सवेरे मैं संदीप नूं तुहाडे नाल ही तोरूंगी। मम्मी सवेरे मेरे नाल ही तोरोगे फिर? हां पुत मैं सवेरे संदीप नूं तुहाडे नाल ही तोरूंगी, क्योंकि तैनू पता ही है अपनी अमन मुक्की नूं थोड़ा टाइम ही होया, मैं भी बाजे गाजिआं नाल ब्याह नहीं करना चाहुंदी, बस जिहे जिहा होया सिद्धा साधा तुहाडे नाल ही तोर दूं संदीप नूं। गल तां तुहाडी इह वी सही है मम्मी, आपां बाजे धाजे नाल भी नहीं कर सकदे, चलो जिवें तुसीं चाहुंदे हो उवें देख लो। चल ठीक है पुत, ਹੁਣ ਤੁਸੀਂ ਸੌਂ ਜਾਓ, ਰੋਟੀ ਪਾਣੀ ਖਾਧਾ ਹੋਇਆ ਨਾਲੇ ਜਵਾਕੜੀ ਵੀ ਸੁੱਤੀ ਪਈ ਆ, ਤੇ ਤੜਕੇ ਫਿਰ ਮੈਂ ਤੁਹਾਡੇ ਨਾਲ ਤੋਰ ਦੂੰ ਸੰਦੀਪ ਨੂੰ, ਮੈਂ ਸੰਦੀਪ ਕੋਲੇ ਜਾਂਦੀ ਹਾਂ। ਚੰਗਾ ਪੁੱਤ ਸੌਂ ਜਾ। ਚੱਲ ਕੋਈ ਨੀ ਪੁੱਤ। ਕੋਈ ਨੀ ਪੁੱਤ, ਮੇਰਾ ਵੀ ਜੀ ਨਹੀਂ ਸੀਗਾ ਕਰਦਾ ਤੈਨੂੰ ਤੋਰਨ ਨੂੰ, ਪਰ ਮਜਬੂਰ ਸੀ ਪੁੱਤ। ਚੰਗਾ ਪੁੱਤ ਧਿਆਨ ਰੱਖਿਓ ਆਪਦਾ। ਹਾਂ ਹਾਂ ਕੋਈ। ਚੰਗਾ ਪੁੱਤ। ਪਾਪਾ ਪਾਪਾ ਮੰਮਾ ਤਾਂ ਆਏ ਨੀ। ਹਾਂ ਪੁੱਤ ਤੇਰੀ ਮੰਮੂ ਹੀ ਅੱਜ ਤੋਂ। ਪਾਪਾ ਮਾਸੀ ਇੱਥੇ ਰਹੂਗੀ? ਹਾਂ ਪੁੱਤ ਇਹ ਮਾਸੀ ਨੀ ਤੇਰੀ ਮੰਮੀ ਆ ਪੁੱਤ ਅੱਜ ਤੋਂ। ਮੈਂ ਤੇਰੀ ਮਾਂ, ਤੂੰ ਮੈਨੂੰ ਮਾਸੀ ਨਾ ਸਮਝ, ਹੁਣ
ठीक है हम तू खेल ले मेरा पुत्र बड़ा सेना गया जा चल यार जवाक दी दे जी लग जा करू हां जी वो तो गल है चल तू आए कर कपड़े कपड़े चेंज कर ला ते मैं तेरे वास्ते खान पीन नु सामान ले रहा कोई पापा तेरा रोटियां लैन गया गा नाले मेरी गल सुन ला मैनू ना मम्मी ना क्या कर जो तेरा डैडी हुंदा ओदे सामने मम्मी कह दिया कर नहीं मैं तेरा मार मार थपड़े ना मुंह भन दू मैं तेरी मासी लगदी हां जा आंटी लगदी हां ठीक है मम्मा मम्मा पापा ते कहंदे पैसे तो समय मम्मा लग दे ओनू ते मैं उही कहता सीगा नाले मेरी गल सुन ला आपदे डैडी नू ना दसी कोई भी गल भी मैनू मासी मगरों एवें कहंदी सीगी ठीक है नहीं मैथों बुरा कोई नहीं हैगा गा चल हुण खेड ला जाके ਕੀ ਹੋ ਗਿਆ ਮੇਰੇ ਪੁੱਤ ਨੂੰ ਰੋਈ ਜਾਂਦਾ ਲੈ ਪੁੱਤ ਤੇਰੇ ਵਾਸਤੇ ਕੀ ਜੀ ਲਿਆ ਪਾਪਾ ਮੰਮਾ ਨੇ ਕੀ ਪੁੱਤ ਮੰਮਾ ਨੇ ਖੇੜੇ ਆਇਆ ਪੁੱਤ ਮੇਰਾ ਲੈ ਕੀ ਜੀ ਲੈ ਕੇ ਆਇਆ ਨਾ ਤੇਰੇ ਪਾਪਾ ਤੇਰੇ ਵਾਸਤੇ ਜਾ ਖਾ ਲਾ ਅੰਦਰ ਬੈਠ ਕੇ ਤੁਸੀਂ ਬਾਲਾ ਹੀ ਟਾਈਮ ਲਾਏ ਤਾਂ ਤੂੰ ਕਿਹਾ ਕੁਛ ਜਵਾਕ ਦੇ ਨੂੰ ਮੈਂ ਕੀ ਕਹਿਣਾ ਉਹਨੂੰ ਉਹੀ ਉਹਨੂੰ ਮੰਮਾ ਦੀ ਯਾਦ ਆ ਗਈ ਹੋਣੀ ਆ ਤਾਂ ਮੰਮਾ ਮੰਮਾ ਕਰਨ ਲੱਗ ਗਈ ਸੀ ਮੈਂ ਤਾਂ ਉਹਨੂੰ ਕਿਹਾ ਜਾ ਤੂੰ ਖੇੜਿਆ ਹੁਣੀ ਆਈ ਸੀ ਥੋੜਾ ਟਾਈਮ ਹੀ ਹੋਇਆ ਸੀ ਖੇੜ ਕੇ ਆਈ ਕਹਿੰਦੀ ਮੈਨੂੰ ਭੁੱਖ ਲੱਗੀ ਹੈਗੀ ਮੈਂ ਕਿਹਾ ਮੈਂ ਰੋਟੀ ਬਣਾ ਦਿੰਦੀ ਹਾਂ ਕਹਿੰਦੀ ਰੋਟੀ ਮੈਂ ਖਾਣੀ ਨਹੀਂ ਹੈਗੀ ਮੈਂ ਕਿਹਾ ਫਿਰ ਤੇਰੇ ਪਾਪਾ ਆਉਣਗੇ ਚੀਜ਼ ਲੈ ਕੇ ਉਹਨੂੰ ਖਾ ਲਈ ਹੋਰ ਮੈਂ ਕੀ ਕਹਿਣਾ ਸੀਗਾ ਤੁਹਾਨੂੰ ਯਕੀਨ ਨਹੀਂ ਹੈਗਾ ਮੇਰੇ ਤੇ ਚਲ ਠੀਕ ਹੈ ਚਲ ਫਿਰ ਰੋਟੀ ਰੱਖ ਲਿਆ ਕਰ ਠੀਕ ਸਕੂਲ ਕੱਲ ਨਹੀਂ ਜਾਣਾ ਹੈਗਾ ਬੈਗ ਲਾ ਅੰਦਰ ਨਾ ਕੱਪੜੇ ਧੋਤੇ ਪਏ ਆ ਨਾਲੇ ਆ ਲੈ ਜਾ ਤੇ ਉਹਨਾਂ ਦੀ ਤੈਅ ਮਾਰ ਕੇ ਰੱਖ ਦੇ ਪਾਪਾ ਨੂੰ ਦੱਸ ਨਾ ਤੂੰ ਡੈਡੀ ਨੂੰ ਕਿਵੇਂ ਦੱਸੇਂਗੀ ਤੇਰੀ ਬਾਲੀ ਹਿੰਮਤ ਹੋ ਗਈ ਪਾਪਾ ਨੂੰ ਦੱਸਣ ਦੀ ਮੈਂ ਤੈਨੂੰ ਸਿੱਧੀ ਤਰ੍ਹਾਂ ਕਹਤਾ ਨਾ ਵੀ ਨਹੀਂ ਜਾਣਾ ਸਕੂਲ ਤਾਂ ਨਹੀਂ ਜਾਣਾ ਹੈਗਾਗਾ ਮੰਮਾ ਅੱਜ ਮੇਰਾ ਲਾਸਟ ਦਿਨ ਹੈ ਵਾਪਸ ਸਾਨੂੰ ਛੁੱਟੀਆਂ ਦੇ ਚੱਲ ਮੇਰੀ ਗੱਲ ਸੁਣ ਲੈ ਅੱਜ ਦਾ ਦਿਨ ਬਗ ਜਾ ਸਕੂਲ ਤੇ ਜੇ ਮੈਂ ਇਦੋਂ ਬਾਅਦ ਤੈਨੂੰ ਕੱਲ ਨੂੰ ਜਾਂ ਪਰਸੋਂ ਨੂੰ ਜਾਂਦੀ ਦੇਖ ਲੈਣਾ ਤੇ ਤੇਰੇ ਨਾਲ ਉਹ ਕਰੂੰਗੀ ਮੈਂ ਜਿਹੜੀ ਨਾ ਕਰਨੀ ਹੋਵੇ ਕਿਸੇ ਨਾਲ ਨਾਲੇ ਆਪਦੇ ਪਿਓ ਨੂੰ ਨਾ ਕੋਈ ਵੀ ਗੱਲ ਦੱਸੀ ਵੀ ਮੰਮੀ ਮੈਨੂੰ ਐ ਬੋਲਦੀ ਹੁੰਦੀ ਹੈ ਜੀ ਲੜਦੀ ਹੈ ਮੇਰੇ ਨਾਲ ਜੇ ਪਤਾ ਲੱਗ ਗਿਆ ਨਾ ਤਾਂ ਤੇਰੀਆਂ ਮੈਂ ਦੋਨੇ ਗੁੱਤਾ ਘੁਮਾ ਦੂੰਗੀ ਜਾ ਬਾਗ ਗਿਆ ਹੁਣ ਫੜਾਈ ਆਵਾਂ ਜਾ ਉਹਨਾਂ ਨੂੰ ਮਨ ਤਾਂ ਮੇਰਾ ਕਰਦਾ ਨਹੀਂ ਹੈਗਾ ਪਰ ਕੀ ਕਰਾਂ ਮੰਮੀ ਨੇ ਸਹੇੜਿਆ ਜੋ ਚੱਲ ਚਾਹ ਪੀ ਲੈਣੀ ਐਨੇ ਮੈਂ ਕੋਈ ਕੰਮ ਕਾਰ ਕਰ ਲੈਣੀ ਉੱਠੋ ਜੀ ਲਓ ਚਾਹ ਪੀ ਲਓ ਹਾਂਜੀ ਉਹਨੂੰ ਮੈਂ ਨਮਾ ਧਮਾ ਕੇ ਸਕੂਲ ਭੇਜਤਾ ਅੱਜ ਦੁਆ ਕੱਪੜੇ ਕੁਪੜੇ ਜੇ ਗਏ ਜੇ ਬਾਈ ਬੱਦੀ ਕਿਉਂ ਕੱਪੜਿਆਂ ਨੂੰ ਕੀ ਹੋਇਆ ਜੀ ਮੈਂ ਤਾਂ ਤੈਨੂੰ ਵਿੱਚ ਹੀ ਪੁੱਛ ਰਿਹਾ ਮੈਂ ਤਾਂ ਇਦਾਂ ਦੀ ਕੱਪੜੇ ਪਾਉਂਗੀ ਮੇਰੀ ਚੁੰਨੀ ਲੈਣ ਦੀ ਹਜੇ ਕੋਈ ਉਮਰ ਨਹੀਂ ਹੈਗੀ ਮੇਰੀ ਹਜੇ ਕੱਪੜੇ ਲੀੜੇ ਪਾਉਣ ਦੀ ਉਮਰ ਆ ਗਈ ਤੇ ਨਾਲੇ ਫੇਰ ਕੀ ਹੋ ਗਿਆ ਜੇ ਮੈਂ ਇਦਾਂ ਦੇ ਕੱਪੜੇ ਪਾ ਵੀ ਰੱਖੇ ਆ ਮੈਨੂੰ ਇਦਾਂ ਦੇ ਕੱਪੜੇ ਪਸੰਦ ਆ ਮੈਨੂੰ ਆ ਸੂਟ ਸਾਟ ਜੇ ਪਸੰਦ ਨਹੀਂ ਹੈਗੇ ਗੇ ਜੇ ਰੱਖਣਾ ਰੱਖ ਲਓ ਪਰ ਮੈਂ ਤਾਂ ਇਦਾਂ ਦੇ ਕੱਪੜੇ ਪਾਉਂਗੀ ਮੈਂ ਮੰਮੀ ਨਾਲ ਗੱਲ ਕੀਤੀ ਸੀ ਕਿ ਤੇਰਾ ਸੰਦੀਪ ਨਾਲ ਗੱਲ ਕਰਨਾ ਮੈਂ ਫਿਰ ਵਿਆਹ ਕਰਾਉਂਗਾ ਤੇ ਤੇਰੀ ਸਹਿਮਤੀ ਨਾਲ ਹੀ ਵਿਆਹ ਹੋਇਆਗਾ ਮੇਰੀ ਸਹਿਮਤੀ ਕੋਈ ਨਹੀਂ ਹੈਗੀ ਵਿਆਹ ਕਰਾਉਣ 'ਚ ਮੰਮੀ ਦੀ ਵਜ੍ਹਾ ਕਰਕੇ ਮੈਨੂੰ ਤੇਰੇ ਨਾਲ ਵਿਆਹ ਕਰਾਉਣਾ ਪਿਆ ਮੇਰੀ ਮਾਂ ਨੇ ਮੇਰੇ ਤੋਂ ਸੌਂਪ ਵਾਲੀ ਸੀ ਜਵਾਕੜੀ ਕਰਕੇ ਕਹਿੰਦੀ ਤੂੰ ਵਿਆਹ ਕਰਾ ਲੈ ਇਹਦੇ ਨਾਲ ਉਹਦੀ ਜ਼ਿੰਦਗੀ ਬਣ ਜੂਗੀ ਤੇ ਮੈਨੂੰ ਕਿਹੜਾ ਸੌਂਕ ਸੀ ਵਿਆਹ ਕਰਾਉਣ ਦਾ ਮੈਂ ਵੀ ਆ ਜਵਾਕੜੀ ਦੇ ਮਾਰੇ ਨਹੀਂ ਕਰਿਆ ਮੈਂ ਤਾਂ ਮੰਮੀ ਨੂੰ ਕਿਹਾ ਸੀ ਮੈਂ ਨਹੀਂ ਕਰਾਉਣਾ ਮੰਮੀ ਮੈਨੂੰ ਕਹਿੰਦੀ ਵੀ ਮੈਂ ਸੰਦੀਪ ਨਾਲ ਗੱਲ ਕਰ ਲੈਣੀ ਮੰਮੀ ਨੇ ਮੇਰੇ ਨਾਲ ਗੱਲ ਕੀਤੀ ਜ਼ਰੂਰ ਸੀ ਮੈਂ ਮੰਮੀ ਨੂੰ ਮਨਾ ਵੀ ਕੀਤਾ ਸੀ ਪਰ ਮੰਮੀ ਨਹੀਂ ਮੰਨੀ ਹੈਗੀ ਨਾਲੇ ਤੇਰੀ ਤੇ ਮੇਰੀ ਉਮਰ ਦਾ ਕਿੰਨਾ ਫਰਕ ਆ ਤੁਸੀਂ ਇਹ ਤਾਂ ਦੇਖ ਲਓ ਮੈਂ ਪੜ੍ਹੀ ਲਿਖੀ ਤੁਸੀਂ ਅਨਪੜ੍ਹ ਮੈਂ ਸ਼ਹਿਰ 'ਚ ਰਹਿੰਦੀ ਹਾਂ ਤੁਸੀਂ ਪਿੰਡ 'ਚ ਰਹਿੰਦੇ ਹੋ ਕਿੰਨਾ ਫਰਕ ਆ ਭੈਣ ਦੀ ਗੱਲ ਹੋਰ ਹੈ ਭੈਣ ਦੀ ਤਾਂ ਉਮਰ ਸੀ ਤੁਹਾਡੇ ਨਾਲ ਵਿਆਹ ਕਰਾਉਣ ਦੀ ਮੇਰੀ ਉਮਰ ਆ ਤੁਹਾਡੇ ਨਾਲ ਵਿਆਹ ਕਰਾਉਣ ਦੀ ਚੱਲ ਕੋਈ ਨਾ
मैं सोचती हाँ दस भी दिन रह के देखती हाँ जो मैं वधिया लगे तो थोड़ा रहना सहना सही लगे तो अपने जमीन जमीन तो हैगी है मैं पैसे ना नहीं ब्याह करवाना है मैं तो सिर्फ आपकी माँ करके करवाया गया भी चल कोई ना वो जवाकड़ी का पुन नहीं सही वो जिंदगी बदली जाऊगी चल मेरी गल सुनो हूँ बहुत टाइम हो गया काम धंधा कर लो पहले बहुत लेट उठी बॉर्डर वॉक्स अपने नेड़े ही आ हाँ कोई गल नहीं आ जा बई घरे चल और सुना हाँ बढ़िया बई ठीक है मैं आ जा नाले आपा पार्टी पूर्टी करांगे पार्टी क्या दी क्या हो गया यार मेरा क्या करा ले कुत्ते है नहीं यार कुत्ते कर ले करा ले क्या मजबूरी च करवाना पिया जदो आ गए ना तन्नू उदो दसू सारी स्टोरी चल ठीक है ब्रा आ जा तू ठीक है बई ਕਿਹਦਾ ਫੋਨ ਆ ਰਿਹਾ ਸੀ ਤੁਹਾਨੂੰ ਕਿਹਦੇ ਨਾਲ ਗੱਲਾਂ ਕਰੀ ਜਾਂਦੇ ਹੋ ਉਹ ਤਾਂ ਚੰਨੀ ਦਾ ਫੋਨ ਆਇਆ ਸੀ ਆਪਣਾ ਰਿਸ਼ਤੇਦਾਰ ਆ ਚੰਨੀ ਹਾਂ ਕੀ ਕਹਿੰਦਾ ਸੀ ਉਹਦੇ ਨਾਲ ਇੱਥੇ ਡਿਊਟੀ ਲੱਗੀ ਆ ਆਪਣੇ ਬਾਰਡਰ ਵਾਕਸ ਤੇ ਹਾਂ ਉਹ ਕਹਿੰਦਾ ਇੱਥੇ 2-4 ਦਿਨ ਮੈਂ ਆਉਣਾਗਾ ਤੇ ਉਹਨੂੰ ਆ ਜਾਣ ਦੇ ਚੱਲ ਚੱਲ ਕੋਈ ਨਾ ਆ ਜੂ ਮੈਂ ਤਾਂ ਉਹ ਰਸੋਈ 'ਚ ਕੰਮ ਕਰਦੀ ਸੀ ਮੈਂ ਕਿਹਾ ਪੁੱਛਾਂ ਜਾ ਕੇ ਕਿਹਦੇ ਨਾਲ ਗੱਲ ਕਰੀ ਜਾਂਦਾ ਚੱਲ ਠੀਕ ਹੈ चरणजीत चरणजीत आ जा चन्नी आ जा नंगिया चन्नी ओके मैं चरणजीत ठीक हाँ चन्नी तू आप सुना मां तो वधिया और कोई आने की तकलीफ तो नहीं हुई कोई तकलीफ नहीं हुई ਉਹ ਕੱਲਾ ਅੱਡੇ ਤੇ ਪੁੱਛਿਆ ਸੀ ਮੈਂ ਕਿੱਧਰ ਚਰਨਜੀਤ ਦਾ ਘਰ ਉਹ ਕਹਿੰਦਾ ਮੋੜ ਤੇ ਟੈਂਕੀ ਵਾਲਾ ਘਰ ਹੈ ਉਹਦਾ ਕੀ ਆ ਹੁਣ ਆ ਨਕਸ਼ੇ ਨੁਕਸ਼ੇ ਜੇ ਬਦਲ ਗਏ ਘਰ ਘੁਰ ਪੈ ਗਏ ਉਦੋਂ ਘਰ ਘਰ ਹੁੰਦੇ ਨਹੀਂ ਜਦੋਂ ਤੂੰ ਆਇਆ ਸੀ ਪਹਿਲਾਂ ਹਾਂ ਪਹਿਲਾਂ ਦਾ ਘਰ ਬਹੁਤ ਉੱਚਾ ਉਹ ਬਹੁਤ ਨੀਵਾਂ ਹੋ ਗਿਆ ਨਾ ਹਾਂ ਸੜਕ ਚੱਕੀ ਸੀ ਨਾ ਹਾਂ ਸੜਕ ਚੱਕੀ ਹੋਰ ਆਪਣੇ ਘਰੇ ਤਾਂ ਠੀਕ ਸੀ ਸਾਰੇ ਸਾਰੇ ਠੀਕ ਠਾਕ ਉਹ ਮੈਨੂੰ ਤਾਂ ਵਧੀਆ ਹੋ ਗਿਆ ਮੇਰੀ ਡਿਊਟੀ ਤੇਰੇ ਇੱਥੇ ਲਾ ਦੀ ਨੇੜੇ ਨਾਲੇ ਮੈਨੂੰ ਘਰ ਦਾ ਸੁੱਖ ਹੋਇਆ ਰੋਟੀ ਪਾਣੀ ਦਾ ਸੁੱਖ ਹੋ ਗਿਆ ਹਾਂ ਨਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਹਾਂ ਤੇ ਨਾਲੇ ਕਹਿੰਦਾ ਵਿਆਹ ਕਰਾ ਲਿਆ ਦਿਸਦੀ ਦੇਣੀ ਭਰਜਾਈ ਮੈਂ ਬੁਲਾਉਣਾ ਤੇਰੀ ਭਰਜਾਈ ਨੂੰ ਪਾਣੀ ਪਿਲਾਉਣਾ ਸੰਦੀਪ ਤੇ ਭਰਜਾਈ ਵਿਆਹ ਕਿੱਥੇ ਕਰਾਇਆ ਤੂੰ ਦਾਦਾ ਤੈਨੂੰ ਸਾਰੀ ਸਟੋਰੀ ਪਾਣੀ ਲੈ ਕੇ ਆ ਪਾਣੀ ਆ ਵਿਆਹ ਤਾਂ ਯਾਰ ਪੁੱਛਣਾ ਬਸ ਤਾਂ ਵੀ ਦੱਸ ਕਿੱਥੇ ਕਰਾ ਲਿਆ ਤੂੰ ਤੇਰੀ ਭਰਜਾਈ ਦੀ ਭੈਣ ਹੀ ਆ ਭਰਜਾਈ ਦੀ ਭੈਣ ਹਾਂ ਉਹ ਤੇਰੇ ਨਾਲ ਵਿਆਹ ਕਿਵੇਂ ਕਰਾ ਲਿਆ ਉਹ ਫਿਰ ਤੈਨੂੰ ਪਤਾ ਯਾਰ ਮੇਰੀ ਸੱਸ ਕਹਿੰਦੀ ਕਹਿੰਦੀ ਨਾਲੇ ਤਾਂ ਚੱਲ ਇਹਦਾ ਭਾਰ ਲੈ ਜਾਊਗਾ ਨਾਲੇ ਕੁੜੀ ਦਾ ਸਿਰ ਢਕ ਜਾਊਗਾ ਚੱਲ ਆਪਾਂ ਤੇਰੇ ਨੇ ਵਿਆਹ ਦਿੰਦੇ ਹਾਂ ਹੁਣੇ ਮੇਰੇ ਨੇ ਦੋਸਤ ਸੀ ਫਿਰ ਆਪਾਂ ਕੱਟ ਵੱਟ ਕਿਸੇ ਨੇ ਨਹੀਂ ਬੁਲਾਇਆ ਬਾ ਮੇਰੇ ਨਾਲ ਹੀ ਚੜਾਤੀ ਸੀ ਚੱਲ ਆ ਤਾਂ ਵਧੀਆ ਕੀਤਾ ਉਹ ਤਾਂ ਪੜ੍ਹੀ ਲਿਖੀ ਬਾਬਾ ਯਾਰ ਪੜ੍ਹੀ ਲਿਖੀ ਤਾਂ ਫਿਰ ਤੇਰੀ ਭਰਜਾਈ ਵੀ ਸੀਗੀ ਤੈਨੂੰ ਪਤਾ ਹੀ ਉਹਦੇ ਕਿੰਨਾ ਪੈਸਾ ਲਾਇਆ ਮਨ ਬਾਬਾ ਕੀ ਤੇਰੇ ਨਾਲ ਵਿਆਹ ਕਰਾਉਣਾ ਯਾਰ ਉਹ ਫਿਰ ਮੰਮੀ ਨੇ ਕਿਹਾ ਸੀ ਮੰਮੀ ਨੂੰ ਮੈਂ ਤਾਂ ਵੀ ਦੇਖ ਜੇ ਤਾਂ ਸੰਦੀਪ ਦੀ ਹਾਂ ਗੀ ਮੈਂ ਤਾਂ ਫੇਰ ਕਰਾਊਂਗਾ ਵੀ ਊਂ ਤਾਂ ਮੈਂ ਕਰਾਉਂਦਾ ਨਹੀਂ ਫਿਰ ਉਹਨੇ ਮਨਾਮ ਨੂੰ ਲਈ ਲੈ ਆ ਵੀ ਤੇਰੀ ਭਾਬੀ ਮਿਲ ਲੈ ਸਤਿ ਸ਼੍ਰੀ ਅਕਾਲ ਭਾਬੀ ਚੱਲ ਫਿਰ ਤੁਸੀਂ ਐਂ ਕਰੋ ਮੈਂ ਲਿਆਉਣਾ ਖੇਤੋਂ ਸਬਜ਼ੀ ਤੋੜ ਕੇ ਤੂੰ ਭੁੱਖਾ ਹੋਵੇਂਗਾ ਤੜਕੇ ਦਾ ਤੇ ਤੁਸੀਂ ਮਾਰੋ ਗੱਲਾਂ ਬਾਤਾਂ ਠੀਕ ਐਂ ਕਰੀ ਕੱਦੂ ਲਿਆਈ ਕੱਚੇ ਕੱਚੇ ਤੋੜ ਕੇ ਨਾ ਨਾ ਕੋਈ ਗੱਲ ਨਹੀਂ ਕੱਦੂ ਲਿਆਉਂ ਚੱਲ ਠੀਕ ਹੈ ਤੁਸੀਂ ਟਾਈਮ ਨਾਲ ਆ ਜਿਓ ਜੀ ਕੋਈ ਨਾ ਮੈਂ ਆ ਜਾਊਂ ਹੋਰ ਭਾਬੀ ਠੀਕ ਆ ਤੂੰ ਹਾਂਜੀ ਠੀਕ ਆ ਤੁਸੀਂ ਕਿਵੇਂ ਹੋ ਮੈਂ ਵਧੀਆ ਭਾਬੀ ਕਿਵੇਂ ਲੱਗ ਗਿਆ ਜੀ ਤੇਰਾ ਜੀ ਕਦਾ ਲੱਗਣਾ ਸੀ ਤੈਨੂੰ ਪਤਾ ਤਾਂ ਹੈਗਾ ਅਸੀਂ ਉੱਥੇ ਸ਼ਹਿਰ 'ਚ ਰਹਿੰਦੇ ਆ ਇਹ ਪਿੰਡ ਆ ਉਹ ਕੋਈ ਗੱਲ ਨਹੀਂ ਥੋੜਾ ਦਿਨ ਲੱਗਦੀ ਹੁੰਦੇ ਆ ਕੋਈ ਨਾ ਐਡਜਸਟਮੈਂਟ ਕਰਨਾ ਪੈਂਦਾ ਹੁਣ ਪਿੰਡ 'ਚ ਆ ਕੇ ਵਧੀਆ ਲੱਗਦਾ ਜੀ ਉਹ ਹੀ ਲੱਗਦਾ ਹੁਣ ਤਾਂ ਰੌਣਕਾਂ ਵਾਲਿਆਂ ਹੋ ਗਏ ਪਿੰਡਾਂ 'ਚ ਆਪਾਂ ਨੇ
ਚੱਲ ਕੋਈ ਨਾ ਹੁਣ ਤੂੰ ਦੱਸ ਮੈਨੂੰ ਨਾ ਤੂੰ ਕਿਵੇਂ ਅੱਜ ਗੇੜਾ ਮਾਰ ਲਿਆ ਪਹਿਲਾਂ ਤਾਂ ਤੁਸੀਂ ਕਦੇ ਆਏ ਨਹੀਂ ਹੈਗੇ ਜਦੋਂ ਨਾ ਮੇਰਾ ਵਿਆਹ ਹੋਇਆ ਹੋਇਆ ਭਾਬੀ ਆਉਂਦਾ ਕਿਵੇਂ ਉਹ ਡਿਊਟੀ ਮੇਰੀ ਇੱਥੇ ਲੱਗੀ ਹੈ ਇਹ ਵੀ ਤਾਂ ਆਰ ਕੇ ਆ ਗਿਆ ਨਹੀਂ ਕਿੱਥੇ ਟਾਈਮ ਲੱਗਦਾ ਅੱਜ ਕੱਲ੍ਹ ਅੱਜ ਕੱਲ੍ਹ ਮਜ਼ਬੂਰੀਆਂ ਵਾਲੀਆਂ ਨਾਲੇ ਨੌਕਰੀ ਆ ਤੜਕੇ 8 ਵਜੇ ਜਾਣਾ 5 ਵਜੇ ਆਉਣਾ ਕਿੱਥੇ ਟਾਈਮ ਲੱਗਦਾ ਨਾਲ ਛੁੱਟੀਆਂ ਘੱਟ ਹੁੰਦੀਆਂ ਨਾ ਤੈਂ ਫਿਰ ਵਿਆਹ ਬੁੱਕ ਕਰਾ ਲਿਆ ਉਹ ਭਾਬੀ ਮੈਂ ਕਿੱਥੋਂ ਵਿਆਹ ਕਰਾ ਲਿਆ ਜੀ ਭਾਈ ਮੇਰੀ ਕਿਹੜਾ ਉਮਰ ਆ ਕੋਈ ਲੈ ਕਿਉਂ ਉਮਰ ਕਿਉਂ ਨਹੀਂ ਹੈਗੀ ਵਧੀਆ ਹਾਂ ਪਰਵਾਨ ਆ ਵਿਆਹ ਤਾਂ ਕਰਾ ਲੈਂਦਾ ਭਾਬੀ ਵਿਆਹ ਤਾਂ ਮੈਂ ਕਰਾ ਲੈਂਦਾ ਪਰ ਪੜ੍ਹੀ ਲਿਖੀ ਕੁੜੀ ਲੱਭਦੀ ਨੀ ਨਾ ਤੇਰੇ ਵਰਗੀ ਕੋਈ ਕੁੜੀ ਜੇ ਤੇਰੇ ਵਰਗੀ ਕੁੜੀ ਹੋਈ ਨਾ ਮੈਨੂੰ ਦੱਸਦੀ ਫਿਰ ਤਾਂ ਮੈਂ ਕਰਾ ਲੂੰ ਵਿਆਹ ਲੈ ਮੇਰੇ ਵਰਗੀ ਕੁੜੀ ਨੀ ਹੈਗੀ ਅਸੀਂ ਤਾਂ ਦੋ ਹੀ ਭੈਣਾਂ ਸੀਗੀਆਂ ਮੇਰੀ ਭੈਣ ਦਾ ਪਹਿਲਾਂ ਵਿਆਹ ਹੋ ਗਿਆ ਮੇਰਾ ਹੁਣ ਹੋ ਗਿਆ ਸਾਡੇ ਦਾ ਕੋਈ ਆਂਢ ਗਵਾਂਢ ਚ ਵੀ ਨਹੀਂ ਹੈਗੀ ਕੁੜੀ ਉਹ ਭਾਬੀ ਮੈਂ ਤੈਨੂੰ ਐਂ ਥੋੜੀ ਕਹਿਣਾ ਵੀ ਤੇਰੀ ਭੈਣ ਨਾਲ ਹੀ ਕਰਾਉਣਾ ਉਹ ਤਾਂ ਮੈਨੂੰ ਪਤਾ ਹੀ ਆ ਕੋਈ ਰਿਸ਼ਤੇਦਾਰੀ ਚ ਹੁੰਦੀ ਆ ਕੋਈ ਚਾਚੇ ਤਾਏ ਦੇ ਬਥੇਰੇ ਹੁੰਦੀਆਂ ਕਦੇ ਸੋਹਣੀ ਕੁੜੀ ਤੇਰੇ ਵਰਗੀ ਹੋਈ ਮੈਨੂੰ ਦੱਸਦੀ ਰਿਸ਼ਤਾ ਤੇਰੇ ਹੱਥੋਂ ਹੀ ਲੈਣਾ ਮੈਂ ਤੇ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਦੇਖਦੀ ਆ ਜੇ ਕੋਈ ਹੋਈ ਨਿਗਰ ਚ ਤਾਂ ਮੈਂ ਤੈਨੂੰ ਜ਼ਰੂਰ ਦੱਸੂਗੀ ਨਾ ਠੀਕ ਆ ਚੱਲ ਮੈਂ ਰੋਟੀ ਪਾਣੀ ਬਣਾਉਣੀ ਆ ਹੁਣ ਤੂੰ ਅੰਦਰ ਬੈਠੀ ਆ ਕੱਪੜੇ ਕੁੱਪੜੇ ਬਦਲ ਲੈ ਜੀ ਬਦਲਨੇ ਆ ਨਾ ਬਸ ਕੋ ਗਾਣ ਭਾਬੀ ਤੂੰ ਕਹ ਰੋਟੀਆਂ ਬਣਾ ਠੀਕ ਹੈ ਮੈਨੂੰ ਭੁੱਖ ਬਹੁਤ ਜ਼ੋਰ ਦੀ ਲੱਗੀ ਹੋਈ ਆ ਚੱਲ ਮੈਂ ਹੁਣੇ ਬਣਾ ਕੇ ਲਿਆਉਣੀ ਆ ਚੱਲ ਠੀਕ ਹੈ ਬਾਈ ਵੀ ਆ ਜਾ ਇਹਨਾਂ ਨੂੰ ਭਾਬੀ ਦਾ ਸਵਾਈ ਵਾਲਾ ਘੈਂਟ ਆ ਸ਼ਰੀਫ ਆ ਵਿਚਾਰੀ ਪਿਆਰ ਨਾਲ ਗੱਲਾਂ ਕਰਦੀ ਆ ਅੱਜ ਕੱਲ੍ਹ ਪੜੀਆਂ ਲਿਖਾਂ ਤੇ ਨਖਰੇ ਹੀ ਬਾਹਲੇ ਹੁੰਦੇ ਆ ਚੰਗੇ ਸੁਭਾਅ ਦੀ ਆ ਤਾਂ ਹੀ ਨਿਭੀ ਜਾਂਦੀ ਆ ਵਿਚਾਰਿਆਂ ਦੀ ਚੱਲ ਰੋਟੀਆਂ ਖਾ ਕੇ ਦੇਖਦੇ ਹਾਂ ਇਹੋ ਜਿਹੀਆਂ ਬਣਾਉਂਦੀ ਭਾਬੀ ਉਹ ਸਵਾਦ ਹੀ ਬਣਾਉਂਦੀ ਉਹ ਕਿਵੇਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਆ ਨਾ ਐਵੇਂ ਮਿੱਠੀਆਂ ਮਿੱਠੀਆਂ ਰੋਟੀਆਂ ਪਕਾ ਕੇ ਦੇਊਗੀ ਆਹ ਲੈ ਜਮਾ ਟਮਾਟਰ ਅਰ ਗਿਆ ਹਾਏ ਲਾਲ ਲਾਲ ਮੇਰਾ ਤਾਂ ਦਿਲ ਆ ਗਿਆ ਉਹਦੇ 'ਤੇ ਪਰ ਉਹ ਪਤਾ ਨਹੀਂ ਮੈਨੂੰ ਪਸੰਦ ਕਰੂਗਾ ਜਾਂ ਨਾ ਚੱਲ ਮੈਂ ਆਪਣੇ ਸ਼ੌਂਕ ਤਾਂ ਪੂਰੇ ਕਰ ਹੀ ਸਕਦੀ ਹੈਗੀ ਇਹਦੇ ਨਾਲ ਜੇ ਹੋਰ ਨਹੀਂ ਮੈਂ ਕੁਛ ਕਰ ਸਕਦੀ ਤਾਂ ਨਾਲੇ ਵਧੀਆ ਮੇਰੇ ਖਾਣ ਪਰਵਾਨ ਦਾ ਗਾ ਮੈਂ ਅੱਜ ਹੀ ਗੱਲ ਕਰਦੀ ਉਹਦੇ ਨਾਲ ਹੁਣੇ ਰੋਟੀ ਬਣਾ ਕੇ ਲੈ ਕੇ ਜਾਊਂਗੀ ਉਹਦੇ ਵਾਸਤੇ ਰੋਟੀ ਤਾਂ ਬਣ ਗਈ ਬੁਲਾ ਹੀ ਦਿੰਦੀ ਉਹਨਾਂ ਨੂੰ ਜੀ ਰੋਟੀ ਲੈ ਜਾਓ ਬਣਾਉਣਾ ਹੁਣ ਸਬਜ਼ੀ ਹੋਰ ਲਿਆ ਹਾਂ ਮਾਂ ਠੀਕ ਆ ਤੂੰ ਰੋਟੀ ਰੋਟੀ ਟਾਈਮ ਨਾਲ ਖਾ ਲੈਣੀ ਹੁੰਦੀ ਆ ਹਾਂ ਇਹ ਵੀ ਠੀਕ ਨੇ ਇਹਦਾ ਫੋਨ ਆਇਆ ਪਿਆ ਇਹ ਤਾਂ ਮੰਮੀ ਚੱਲ ਮੰਮੀ ਮੈਂ ਰੁੱਕ ਕੇ ਕਰਦੀ ਆ ਫਿਰ ਤੇ ਮੈਂ ਤਾਂ ਜਾਣਾ ਖੇਤ ਪਾਣੀ ਦੀ ਵਾਰੀ ਆ ਮੇਰੀ ਤੇ ਚੰਨੀ ਤੂੰ ਚੱਲਣਾ ਬਾਈ ਮੇਰੇ ਨਾਲ ਖੇਤ ਹਾਂ ਖੇਤ ਮੈਂ ਨਹੀਂ ਆਣਾ ਬਾਈ ਆ ਜਾ ਮੁੰਡੇ ਆਵਾਂਗੇ ਆ ਥੱਕੇ ਪਏ ਕੱਲ ਨੂੰ ਚੱਲੋ ਨੂੰ ਨਾ ਰੋਟੀ ਕਿਵੇਂ ਲੱਗੀ ਤੈਨੂੰ ਭਾਬੀ ਨਹੀਂ ਯਾਰ ਇਹ ਜਾ ਮਾਂ ਦੋ ਤਿੰਨ ਰੋਟੀਆਂ ਵੱਧ ਹੀ ਖਾ ਗਿਆ ਤੇ ਮੈਂ ਸਾਹ ਵੀ ਨਹੀਂ ਆਉਂਦਾ ਲੈ ਚੱਲ ਕੋਈ ਨਾ ਰੈਸਟ ਕਰ ਲੈ ਤੂੰ ਫਿਰ ਤੂੰ ਕਰ ਆਰਾਮ ਫਿਰ ਮੈਂ ਜਾਣਾ ਤੇ ਤੁਸੀਂ ਕਦੋਂ ਕੁ ਮੁੜੇ ਆਉਂਗੇ ਫਿਰ ਬਸ ਮੈਂ 12 1 ਵਜੇ ਨੂੰ ਮੁੜੇ ਆਉਂਗਾ ਚੱਲ ਠੀਕ ਆ ਨਾ ਰੋਟੀ ਰੋਟੀ ਖਾ ਲਿਓ ਆ ਕੇ ਟਾਈਮ ਨਾਲ ਚੱਲ ਪੈ ਜਾ ਚੰਨੀ ਫਿਰ ਰੈਸਟ ਕਰ ਲੈ ਜੇ ਔਖਾ ਹੋਈ ਜਾਂਦਾ ਤਾਂ ਹੋਰ ਮੈਂ ਤੁਹਾਨੂੰ ਮੁੜ ਠੀਕ ਆ ਉਹ ਵੀ ਗਏ ਖੇਤ ਇਹ ਵੀ ਅੰਦਰ ਜਾ ਕੇ ਬੈਠ ਗਏ ਅੱਜ ਮੈਨੂੰ ਦਿਲ ਵਾਲੀ ਗੱਲ ਮੈਂ ਦੱਸ ਹੀ ਦਿੰਦੀ ਹਾਂ ਇਹ ਤੋਂ ਚੰਗਾ ਮੌਕਾ ਕਦੇ ਨਹੀਂ ਮਿਲਦਾ ਹੈਗਾ ਕੀ ਪਤਾ ਗੱਲ ਹੀ ਕਰ ਲਏ ਮੇਰੇ ਨਾਲ ਤਰੀਫ ਜੀ ਤਾਂ ਮੇਰੀ ਵਾਹ ਹੀ ਕਰਦਾ ਹੁੰਦਾ ਗਾ ਭਾਬੀ ਤੇਰਾ ਸੁਭਾਅ ਵਾਲਾ ਵਧੀਆ ਅੱਜ ਫਿਰ
कर ही लेनी है गल। चल पहला बार ही बंद कर, कोई आ भी ना जाए। किन्ना सोहना लगता पिया, गल करांगे ना कि ना समझ नहीं आती है कि मना भी ना करते हैं मैनू। हूँ एक काम करती हैं, पहला फोटो कर लेनी ये दो तीन, बाद च इन्हू मैं डरावा दे दूँ भी जे तू मेरे न गलबात ना करे तो मैं तेन ब्लैकमेल करूँगी, किसी को पता भी नहीं चलना। चल हो गया चन्नी? कुछ नहीं भाभी, हूँ इतने। मैं तो तेनू देखने आई सी, मैं क्या सौ गया कि जागदा पिया गा? नींद आ गई थके पे। ना तू इन्ना किवें डर गया? मतलब मैं एकदम पता नहीं कौन आ गया। मैं पागल, मेरे तो तेरे बीरे तो बिना इतने कोई नहीं आता है साढ़े घरे। वो तो है भाभी, नींद सी ना तां करके हो गया। मैं ना तेरे ना गल करनी सी चन्नी। कर भाभी। मैं ना तेनू ना पसंद करती हां। भाभी की गल करदी तू? तेरे बीरे दा तो तेनू पता, ओदे नाल मेरा कोई हान परवान भी नहीं हैगा ते मैनू ओह पसंद भी नहीं हैगा, क्योंकि ओह पहला व्याहे हुए सीगे मेरी भैण नाल ही सीगे, पर फिर भी मैं कुंवारी हां, ओह व्याहे हुए मेरे चार मन तां विच ही ने। भाभी कुछ नहीं हुंदा, फिर की हो गया? बहुत प्यार करदा तेनू ओह। मैनू ओदा प्यार नहीं चाहिए, मैनू वधिया नहीं लगता है, वो दिलों ही नहीं वधिया लगता है। वो कुछ नहीं, दिलों लगन लग जूगा भाभी, क्यों टेंशन लैनी है तू? चन्नी तू ना मैनू सोहना लग्या सीगा, तेरे ना जी करदा मेरा गल करने। भाभी वो तो कोई गल नहीं, गल्लां कर कुछ मर्जी कर, इत्थे आ मैं। एवें नहीं चन्नी, मैं कह रही गल्लां कर, मैं दूसरू कह रही हां भी मेरा मन करदा तेरे ना गल करने नू। तू समझ गया होएगा, तू पढ़िया लिखिया है, नाले मैं किन्नी पढ़ी हुई हाँ, वह पिंड च रेंदी है मैं शहर ना, कि फर्क आ साढ़े च, पर मैं सिर्फ ओदे नाल व्याह जवाकड़ी करके करा रखिया है तां रही जानी हैगी, भी ओदा बेचारी दा हना की बनूगा। भाभी मैं ये पाप नहीं कर सकता, मैं धोखा नहीं दे सकता वीरे नूं। चन्नी तैने फैसला लै लिया ओदा? भाभी मेरा लास्ट फैसला है। मैं ओनू केड़ा पता लगना यार, ओनू अपने दोनों तो बिना दसूगा कौन, होर तीजे बंदे नू तो पता भी नहीं है अपने बारे। भाभी पता तो लग ही जांदा हुंदा एक दिन। चन्नी मैं तेरे नाल बहुत भैड़ी करूंगी जे तू मेरी गल नहीं मनदा हैगा। भाभी ऐ जी की भैड़ी करेगी तू मेरे, मैं तेरे का कुछ करना कीता? मैं दिखावा फिर। दिखा की कीता तेरे नाल गलत? मैं एक मिनट तैनू हुणी दिखाउणी आ मैं सारे। मैनू चन्नी पैसे दा लालच नहीं हैगा, मैं प्यार दी भुखी आ। पैसे तां साडे कोले भी हैगे ने, मेरी मां कोले भी सी पैसे, जिन्हें मैनू आ करे तोरिया व्याह करके। पर डिलीट करन दी की लैंगे भाभी? मैनू प्यार चाहिदा, मैनू पैसे वैसे कुछ नहीं चाहिदा हैगा। पैसे तां तेरे बीरे कोले भी बहुत ने, धन दौलत शौहरत सारा कुछ ओहदे कोले। चल ठीक है भाभी, ओदू बाद डिलीट कर देंगे। फोटोआं तां डिलीट कर दो चन्नी, मैं भजा के लै जा मैनू। भाभी तैनू मैं किवें भजा के लै जा, अज ते मैं आया, फिर तो पता ही लग जू, फिर तो मेरे जुत्तियां पैनिया, पर तू मार ला वहां वीरे तो मोर वाला। मैं तेनू टाइम दे देनी है, किन्ने दिन का टाइम चाहिए तेनू? फराय कर भाभी, थोड़े दिन मैं टाइम दे, मैं सोचन दे। थोड़े दिन का नहीं, बस दो दिन का वध तो वध। रास्ता तेरे को भी चन्नी एक ही है, तो रास्ता मेरे को भी एक ही है, हूँ तू देख ला कि फैसला लेना तेने। तब दो दिन दे टाइम भाभी, करदा हल।
हल नहीं करना, लेके जाना मैनू। ले जू भाभी तू कह नहीं थे। चल मैं हूँ आ ना जावे तेरा वीर कम कर दी है बार। आ गई स्कूलों पढ़ के? वधिया पढ़ी सी? हाँ जी मम्मा। तो छुट्टियां हो गई हैं स्कूलों? हाँ जी। ले चंगा हुण बैग ला ला, दम ले ला पहला। इन्ना भरा बैग आ तेरा, पता नहीं किवें चक के लेके जानी हैगी। किन्ने दिनां दी छुट्टियां हो गईं? मम्मा 15 दिनां दी। चल वधिया होया छुट्टियां हो गईं तेनू। इनू तां मैं मगरों ला दूंगी, नानकी भेज दूंगी। मम्मी कोले उत्थे रहे होगी 10-15 दिन। इत्थे मैनू चंडेल बन के चंबड़ी रहिंदी है। जा हुण कपड़े बदल ला, नाले रोटी खा ला, बनी पई आ। इहदा वी वड्डा जाऊगा फाहा। लै अग मचावा, पाथियां लिया चक के पहलां तां। इहदा लकड़ां ही आ तां दो की है। ए वे रब्बा, ਤੁਸੀਂ ਕੀ ਕਰਦੇ ਫਿਰਦੇ ਹੋ ਇੱਧਰ? ਕਰਿਆ ਦੀ ਸਫਾਈ ਹੁਣ ਫਿਰ ਤਾਂ? ਮੈਂ ਆਈ ਕਹਿੰਦੀ ਸੀਗੀ ਆਪਣੀ ਜੋਤੂ ਨੂੰ ਨਾ ਮੰਮੀ ਕੋਲੇ ਭੇਜ ਦਿੰਦੇ 4 ਦਿਨ, ਨਾਲੇ ਤਾਂ ਛੁੱਟੀਆਂ 'ਚ ਸਾਰੇ ਜਵਾਕ ਜਾਂਦੇ ਹੁੰਦੇ ਆ, ਤੇ ਨਾਲੇ ਉਹ ਜਾ ਆਊਗੀ, ਮਿਲ ਆਊਗੀ। ਗਈ ਨਹੀਂ ਹੈਗੀ ਸੀ। ਜ਼ਰੂਰੀ ਭੇਜਣੀ ਆ ਯਾਰ, ਇੱਥੇ ਤੇਰਾ ਜੀ ਰੋਲਾ ਹੀ ਰੱਖਦੀ ਆ ਨਾਲੇ। ਮੇਰੀ ਟੈਨਸ਼ਨ ਨਾ ਲਓ ਜੀ, ਕੋਈ ਨਾ ਮੈਂ ਤਾਂ ਹੀ ਸਾਰ ਲੂੰਗੀ। ਉਹ ਜਵਾਕੜੀ ਹੈਗੀ, ਉਹਦਾ ਵਿਚਾਰੀ ਦਾ ਕੀ ਉਹ ਹੋਊਗਾ? ਕੀ ਉਹਨੂੰ ਲੱਗੂਗਾ ਵੀ ਮੈਨੂੰ ਕਿਤੇ ਭੇਜਿਆ ਨਹੀਂ ਹੈਗਾ, ਕਿਉਂਕਿ ਸਾਰੇ ਜਵਾਕ ਜਾਂਦੇ ਆ ਮਿਲਣ ਛੁੱਟੀਆਂ 'ਚ। ਮੇਰਾ ਨਹੀਂ ਜੀ ਲੱਗਣਾ ਉਹਦੇ ਬਿਨਾ। ਕੋਈ ਨਾ 4 ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਤੇ ਉਹਨੂੰ ਮੈਂ ਤਿਆਰ ਕਰਦੀ ਹੈਗੀ, ਤੇ ਫਿਰ ਹੁਣੀ ਵਗ ਜਾਓ ਤੁਸੀਂ। ਹਾਂ ਕਰ ਦੇ। ਮੈਂ ਪਾਥੀਆਂ ਲਿਆਉਣੀਆਂ ਤਾਂ ਤੋਂ ਚੱਕ ਕੇ। ਕਰ ਦੇ ਤਿਆਰ। ਜੋਤੋ ਤਿਆਰ ਹੋਇਆ ਪੁੱਤ? ਚੱਲ ਬੈਠ ਪੁੱਤ। ਨਾਨੀ ਨੂੰ ਤੰਗ ਨਾ ਕਰੀ ਚੰਗਾ। ਓ ਭੈਣ 9 ਵੱਜ ਗਏ, ਡਿਊਟੀ ਤੇ ਵੀ ਆਣਾ ਭੈਣ, ਲੇਟ ਹੋ ਗਿਆ ਜਾ। ਭਾਬੀ ਕਿੱਥੇ ਆ? ਭਾਬੀ ਉਰੇ ਆਈ? ਓਹ ਨੀਂਦ ਦੀ ਬਾਹਲੀ ਨਜ਼ਾਰੇਦਾਰ ਆਈ ਆ। ਅੱਛਾ ਜੀ, ਮੇਰੀ ਨੀਂਦ ਉਡਾ ਕੇ ਆਪ ਨਜ਼ਾਰੇ ਨਾਲ ਸੌਂਦਾ। ਭਾਬੀ ਉਹ ਗੱਲਾਂ ਨੂੰ ਛੱਡ, ਤੂੰ ਪਾਣੀ ਗਰਮ ਕਰ ਤਾਰੇ ਵਾਸਤੇ। ਨਹਾਉਣਾ ਮੈਂ, ਜਾਣਾ ਡਿਊਟੀ। ਗਰਮ ਨੂੰ ਕੀ ਆ, ਗਰਮ ਤਾਂ ਤੂੰ ਹੀ ਬਹੁਤ ਆ। ਉਹ ਭਾਬੀ ਤੂੰ ਨਮੂਨੀਆ ਨਾ ਕਰਾ ਦੀ ਮੈਨੂੰ, ਮੈਨੂੰ ਪਾਣੀ ਗਰਮ ਕਰ ਤੇ ਮੈਨੂੰ ਡਿਊਟੀ ਦੇ ਆਣਾ, ਮੈਂ ਲੇਟ ਬੜਾ ਹੋਈ ਜਾਂਦਾ। ਨਾਲੇ ਮੇਰੀ ਗੱਲ ਸੁਣ ਲਾ, ਅੱਜ ਨਾ ਤੂੰ ਕਿਤੇ ਨਹੀਂ ਜਾਣਾ ਹੈਗਾ। ਤੇਰਾ ਵੀਰਾ ਤਾਂ ਅੱਜ ਗਿਆ ਹੋਇਆ ਸਹੁਰੇ ਆਪਦੇ, ਉਹਨੂੰ ਛੱਡਣ ਗੁੱਡੋ ਨੂੰ। ਭਾਬੀ ਇੰਤਜ਼ਾਰ ਤਾਂ ਕਰ ਕੋਈ, ਮੈਨੂੰ ਲਾਉਣ ਦੇ ਕੋਈ ਸਕੀਮ। 2 ਦਿਨ ਦਾ ਟਾਈਮ ਦਿੱਤਾ, 2 ਦਿਨ ਤਾਂ ਕਰ ਇੰਤਜ਼ਾਰ। 2 ਦਿਨ ਤਾਂ ਬਹੁਤ ਆ ਗਏ, ਅੱਜ ਕੋਈ ਨਹੀਂ ਆਉਂਦਾ ਹੈਗਾ ਘਰ, ਕਿਉਂਕਿ ਵੀਰਾ ਵੀ ਨਹੀਂ ਹੈਗਾ ਤੇਰਾ, ਹੋਰ ਤਾਂ ਕੋਈ ਆਉਂਦਾ ਹੀ ਨਹੀਂ ਹੈਗਾ ਆਪਣੇ ਘਰ। ਮੈਨੂੰ ਨਹੀਂ ਪਤਾ ਹੈਗਾ, ਕੋਈ ਹੱਲ ਕਰ ਲਾ, ਅੱਜ ਜਾਣਾ ਨਹੀਂ ਹੈਗਾ ਤੈਨੂੰ ਡਿਊਟੀ। ਨਵੀਂ ਨਵੀਂ ਡਿਊਟੀ ਆ, ਮੈਨੂੰ ਡਿਊਟੀ ਤੋਂ ਕੱਢ ਦੇਣਗੇ ਪਲੀਜ਼। ਮੈਂ 2 ਦਿਨ ਤਾਂ ਤੈਨੂੰ ਤੋਂ ਟਾਈਮ ਮੰਗਣਾ, 2 ਦਿਨ ਤਾਂ ਇੰਤਜ਼ਾਰ ਕਰ। ਮੈਥੋਂ ਨਹੀਂ ਹੁੰਦਾ ਹੈਗਾ, ਮੈਂ ਰਹਿ ਨਹੀਂ ਸਕਦੀ, 2 ਦਿਨ ਤਾਂ ਬਹੁਤ ਵੱਡੇ ਨੇ ਮੇਰੇ ਲਈ। ਫਿਰ ਐਂ ਕਰ ਪਾਪੀ, ਰਾਤ ਦਾ ਇੰਤਜ਼ਾਰ ਕਰ, ਮੈਂ ਦੁਪਹਿਰੇ ਤੈਨੂੰ ਸਮਾਨ ਫਰਾਜ ਕੋਲ ਵੀਰੇ ਨੂੰ ਪਾ ਦੇ, ਰਾਤ ਨੂੰ ਕੁਛ ਮਰਜ਼ੀ ਕਰ। ਮੁੱਕਰ ਨਾ ਜਾਈ ਇਹ ਗੱਲ ਤੂੰ। ਨਹੀਂ ਮੁੱਕਰਦਾ ਮੈਂ ਤੈਨੂੰ। ਤੇ ਨਾਲੇ ਮੇਰੀ ਗੱਲ ਸੁਣ, ਆ ਭਾਬੀ ਭੁੱਬੀ ਨੇ ਮੈਨੂੰ ਕਿਹਾ ਸਰ, ਉਹਦੇ ਸਾਹਮਣੇ ਮੈਂ ਤੇਰੀ ਭਾਬੀ ਲੱਗਦੀ ਹਾਂ, ਠੀਕ ਹੈ? ਜਾ ਹੁਣ ਛੇਤੀ ਆ ਜੀ, ਮੈਂ ਤੇਰੀ ਵੇਟ ਕਰਦੀ ਹਾਂ ਦੁਪਹਿਰ ਤੱਕ। ਚੱਲ ਠੀਕ ਹੈ। ਭਾਬੀ ਉਹ ਬਾਹਰ ਖੋਲੀ। ਹਾਂ ਗੇਟ ਖੋਲ। ਹਾਂ ਆ ਗਿਆ। ਆਇਆ ਹਾਂ, ਮਸਾਂ ਦਿੱਤੀਆਂ, ਮਿਲੀਆਂ ਨੀ ਕਿਸੇ ਕੋਲੋਂ, ਇਹ ਆ ਕਰ ਲਈ ਆਪਦਾ ਇੰਤਜ਼ਾਮ ਪੂਰਾ। ਚੰਗਾ ਮੈਂ ਕਰਦੀ ਹਾਂ, ਦੇਖਦੀ ਹਾਂ। ਚੱਲ ਚੰਗਾ, ਹੁਣ ਮੈਂ ਡਿਊਟੀ ਤੇ ਜਾਣਾ, ਸਪੈਸ਼ਲ ਟਾਈਮ ਕੱਢ ਕੇ ਆਇਆ ਤੇਰੇ ਘਰ। ਕਿੰਨੇ ਵਜੇ ਆ ਜਾਏਗਾ ਸ਼ਾਮ ਨੂੰ? 7-8 ਵਜੇ ਆ ਜਾਊਂਗਾ।
हाले तक नहीं आया, सारा दिन ही लाया है उत्थे। तड़के दा भेजा होया, कहा सी भी टाइम नाल छड के मुड़िया ही उन्हूं, भी होर भी कम कार हुंदे आ, उत्तों चन्नी भी आउण वाला, जे उन्हूं पता लग गया मैं तां जमे मारी जाऊंगी। इन्हें भी ना जिद्दन दी मैं ब्याही हुई उद्दन दे लै रखा गा, मैं किसे पासे नहीं आया। सारा दिन हो गया डेक दी, पता नहीं कितने सौ गया जाके। ले आ गया ना, तुसी सारा दिन ही लाया है उत्थे। एक तो ट्रैफिक वाली सी यार। हाँ। तो उधरों मोटरसाइकिल पंचर हो गया। पर टाइम ना आ जांदे। टाइम ना आई नहीं गया, तू ऐ कर यार। हाँ। चाय बना के दे, तेरे बड़ा दुखी है। मैं दूध ही लिया देनी है गर्म करके तेरे वास्ते, एक कप। एक नहीं फिर दो कप लिया। दो नू की हुंदा गा, मैं तो हुणी रोटी खादी है, तुसी दूध पी लो, रोटी बाद च खा लो। कुछ नहीं हुंदा, आपां कट्टे पीवांगे। चल यार। चल लेउनी है। चल अगला सौ दे दी, सौ दे दी टाइम ना, फिर ही पता लगेगा। हेलो जी, पानी पीना। हेलो, तुसी भी तो पी लो। यार पीने इकट्ठे पीवांगे। कोई ना मैं पी लूंगी, पहला तुसी पी लो। ले मैं पी लूंगी आपे, मैं हुणी रोटी खादी सी तां नहीं पींदी। आए की हो गया? तो चक्कर आने लग गया। क्यों की होया? पै जो ले, सराहना लिया के दिनी है मैं थोनू, पै जो तुसी। अड्डा दिन चढ़ गया जी। और तेरे पता ही लगा? ਮੈਨੂੰ ਨਹੀਂ ਕੁਛ ਵੀ ਪਤਾ ਲੱਗਿਆ ਜਿੰਨੇ। ਤੇ ਹੋਰ ਤੇਰੀ ਸ਼ਰਤ ਪੂਰੀ ਕਰਤੀ ਮੈਂ? ਸੱਚੀ? ਹਾਂ ਹਾਂ। ਚਲ ਮੈਂ ਪਹਿਲਾਂ ਚਾਹ ਬਣਾ ਕੇ ਲੈ ਕੇ ਆਉਂਦੀ ਤੇਰੇ ਵਾਸਤੇ, ਨਾਲੇ ਮੈਂ ਵੀ ਨਾ ਕਰ। ਓਹ ਓਹ ਕਿੱਧਰ ਜਾਣਾ ਚੰਨੀ ਤੂੰ? ਭਾਬੀ ਤੇਰੀ ਸ਼ਰਤ ਪੂਰੀ ਹੋ ਗਈ, ਹੁਣ ਮੈਂ ਜਾਣਾ। ਮੈਂ ਤੈਨੂੰ ਕਿਹਾ ਸੀ ਨਾ ਜਾਣਾ ਨਹੀਂ ਹੈਗਾ ਗਾ, ਆ ਲੈ ਫੜ ਚਾਹ ਪੀਣ ਨਾਲੇ। ਇਹ ਤੂੰ ਕਿੱਧਰੋਂ ਲੈ ਸੋਚ ਲਿਆ ਵੀ ਮੈਂ ਚੱਲਿਆਂਗਾ ਹੁਣ? ਭਾਬੀ ਮੈਂ ਤੇਰੀ ਤੈਨੂੰ ਸ਼ਰਤ ਆਖਣਾ ਚੰਨੀ, ਮੈਨੂੰ ਤੇਰੇ ਨਾਲ ਸੱਚਾ ਪਿਆਰ ਹੋ ਗਿਆ, ਮੈਂ ਤੈਨੂੰ ਕਿਤੇ ਨਹੀਂ ਜਾਣ ਦਿੰਦੀ ਹੈਗੀ। ਤੇ ਪਿਆਰ ਪੂਰਾ ਰੱਖਦੀਆਂ ਗੱਲਾਂ ਛੱਡ ਭਾਬੀ, ਮੈਂ ਜਾਣਾ। ਮੈਂ ਤੈਨੂੰ ਕਹਿ ਤਾ ਨਾ ਇੱਕ ਵਾਰੀ ਵੀ ਮੈਂ ਤੈਨੂੰ ਨਹੀਂ ਜਾਣ ਦਿੰਦੀ ਹੈਗੀ, ਐਡਾ ਵੱਡਾ ਧੋਖਾ ਮੇਰੇ ਨਾਲ। ਧੋਖੇ ਵਾਲੀ ਕੀ ਗੱਲ ਭਾਬੀ, ਤੂੰ ਕੁਛ ਮਰਜ਼ੀ ਕਰ ਲਾ, ਮੈਂ ਜਾਣਾ। ਮੇਰੇ ਕੋਲ ਨਾ ਫੋਟੋਆਂ ਸਾਰਾ ਕੁਛ ਆ, ਵੀਡੀਓ ਵੀ ਆ, ਇਹ ਨਾ ਸਮਝੀ ਮੈਂ ਤੇਰੇ ਤੋਂ ਡਰ ਜੂੰਗੀ। ਤੂੰ ਮੋਬਾਈਲ ਚੈੱਕ ਕਰੀ, ਨਾਲੇ ਮੈਨੂੰ ਛੱਡ। ਉਹ ਇਹੋ ਜਿਹੀ ਫੋਟੋਆਂ ਮੈਨੂੰ ਧਮਕੇ, ਕਿੱਧਰ ਧਮਕੇ ਆਣਾ ਦੇ ਨਾਲੇ। ਮੈਂ ਤੈਨੂੰ ਧਮਕੀ ਨਹੀਂ ਦਿੰਦੀ, ਮੇਰਾ ਨਾਮ ਵੀ ਸੰਦੀਪ ਨਹੀਂ ਹੈਗਾ, ਜੇ ਤੂੰ ਮੁੜ ਕੇ ਆ ਕੇ ਮੇਰੇ ਪੈਰਾਂ 'ਚ ਨਾ ਡਿੱਗਿਆ ਨਾ ਤਾਂ ਚੰਨੀ ਕੁਛ ਮਰਜ਼ੀ ਕਰ ਲਈ ਭਾਬੀ, ਪਰ ਮੈਂ ਤੈਨੂੰ ਨਹੀਂ ਜਾਣ ਦਿੰਦੀ ਹੈਗੀ। ਭਾਬੀ ਧੱਕਾ ਨਾ ਕਰ। ਮੈਂ ਧੱਕਾ ਹੀ ਕਰੂੰਗੀ, ਕਿਉਂਕਿ ਐਵੇਂ ਤਾਂ ਤੂੰ ਲੋਟ ਨਹੀਂ ਆਉਂਦਾ ਹੈਗਾ ਗਾ। ਭਾਬੀ ਤੂੰ ਧਮਕੀ ਦੇ ਦੇ, ਤੂੰ ਭਾਬੀ ਜੇ ਮੈਂ ਆਪਦੀ ਆਈ ਸੀ ਹੈਗੀ ਨਾ ਤਾਂ ਮੈਂ ਕੁਛ ਵੀ ਕਰ ਸਕਦੀ ਹਾਂ, ਇਹ ਤੋਂ ਪਹਿਲਾਂ ਸੰਭਲ ਜਾ ਤੂੰ ਜੇ ਸੰਭਲਿਆ ਜਾਂਦਾ। ਕੁਛ ਮਰਜ਼ੀ ਕਰ ਲੈ ਭਾਬੀ, ਮੈਨੂੰ ਇੱਕ ਵਾਰੀ ਜਾਣ ਦੇ, ਕੁਛ ਮਰਜ਼ੀ ਧਮਕੇ। ਤੂੰ ਮੇਰੇ ਨਾਲ ਐਡਾ ਵੱਡਾ ਧੋਖਾ ਕਰਨੇ ਆਂਗਾ? ਕਰ ਲਾ ਕੁਛ ਮਰਜ਼ੀ, ਕੁਛ ਮਰਜ਼ੀ ਕਰ ਲੈ ਦਾਦੀ ਤੇਰੇ ਨਾਲ। ਆਹ 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 ਆਹ
मैं की करा, वो भी मेरे ना धोखा कर गया। मैं इन्हां नूं भी एडा वड्डा धोखा दिता। मैं तो आपदे चार मान पूरे करने सी, पर वो तो आपदी चाह पूरे करके ते आ पाप मेरे ढिड च छड गया। मैं हुण इन्हां नूं भी की मूंह दिखाऊंगी भी ये बच्चा किहदा गा। इस तो चंगा तो मैं आपदी जिंदगी खत्म कर लैनी हाँ, होर तो कोई रास्ता भी नहीं हैगा मेरे कोल। पागल है, की करदी है, की करदी है? मेरे तो बहुत बड़ी गलती हो गई जी। की गलती हो गई? मैं थोनू धोखा दिता बहुत बड़ा। की धोखा दिता तू मेनू? चन्नी मेरे नाल बहुत बड़ा धोखा कर गया जी। मैं थोड़े नाल भी धोखा कमाया। तेनू चन्नी ने कोई धोखा नहीं दिता? धोखा? हाँ, तेनू सारी स्टोरी मैं दसदा। बाहर नू जाके ये दस मिनट इधर घूम फिर आवे नाले। हाँ यार, वाटर वॉक से नवा आया लगता मुंडा कि होया लगता था चन्नी अर्गा मगरों। देख रहे हैं, चल देख के आना। मैं आ भी टैंकी भरी पी है, यदा तो हो गया, हम दूजे पास छड़ दे मोटर। यदा तो कम हो गया, नाले बूटा ने पानी दिता पे, दो दिन होर कट जाएंगे। आ कड़ा आई जाना है, चल मिलते हैं जाके। मोबाइल चोरी हो गया, उस नंबर सी तेरा निकल गया हूं तार के। मैं चल जाते हुए मिली चल, ठीक है सारे ठीक ठाक बह के कर दे गल। रोटी टुकदा कोई गल नहीं, मैं हजे आया 10 मिनट ही है। मैं नाले रिश्तेदार मिल आवांगे, पहला सप्लाई तेनू पता सप्लाई देनी हुंदी, पानी देना पैंदा, फिर औखा। मैं नहीं पिंड वाले बोलणगे, कल्ले ही होना इत्थे। हाँ एक बंदा हो रहा, दूजा आने वाला है। मैं अच्छा पहले ड्यूटी में पहले ही आ गया सी। अच्छा और सुना फिर किवें? बस बढ़िया भरावा। तो भरजाई वाला बड़ा माड़ा होया काम यार। वो तो पछना भरावा, पैसे भी बाले लाए सी। चल होर यार, भैं जोखा हो गया। हुण मैं ना गया सी उत्थे। हम्म, ते मेरी सास ने मेरे नाल छोटी साड़ी नु खोलता। चल आ ते वधिया कीता, चल घर बस गया तेरा। ओ वधिया तां है ना, ओ यार माड़ा जिहा ठिठ करदी है। ठिठ करदी है क्यों, की गल हो गई? वो है पढ़ी लिखी। पढ़ी लिखी तैनू पता, फिर पढ़िया लिखा दे नखरे उच्चे होंदे आ। ओ तो होंदे आ, इह ते गल तेरी सही है। वो मैनू कहंदी है के तेरे नाल मेरा मेल नहीं, बाला कुछ मतलब सच्चा जिहा बोलदी है। हम्म, चल मैं बोलिया नहीं। हम्म, अज सवेरे भी यही गल होई जांदी सी। हां ते ताही करके यार दुखी जिहा होया था मैं। ओ चल कोई गल नहीं, सुधर जो हौली हौली आपकी टाइम हो जू पै जूगा, टाइम नाल सुधर। कुड़ी नूं झिड़कदी हैगी, कुड़ी नूं झिड़कदी है, ये तो कम माड़ा यार फिर तो उहदे वास्ते। पर तू ऐ कर चरणजीत, स्कीम ते हैगी मेरे दिमाग च। अच्छा जे कर लेंगा तो ला ना स्कीम कोई यार, उहनूं स्कीम ते हैगी माड़ी स्कीम, ला तैनूं दस दिंदा मैं स्कीम ते। आहा कर लेंगा तू? हां हां कोई गल ही नहीं यार, शक तो नहीं करेगा मेरे ते? ना ना यार तेरे नाल ही है मैं, कोई गल। चल तू आया कर, फिर तू घरे जा, जिने मर्जी कर, उन्हें सीधी कर दे, सीधी हो जूगी। तू घरे जा, तेन मिलाना फोन, ठीक है? फिर कर दे आप गलबात, ठीक है? ते ला ली बाई बन के, मैं हुण ही लाउणा, तू जा सके। मैं हां घरे आउणे आ, पर स्कीम ला घरे ही रहूंगा थोड़े। मैं कीदा फोन आ रहा सी थोनू, कीदे नाल गल्लां करी जांदे हो? ओदा चन्नी दा फोन आया सी, अपना रिश्तेदार आ। चन्नी? हां की कहंदा सी? ओदे नाल इत्थे ड्यूटी लगी अपने बॉर्डर वॉक्स ते। हां वो कहना इतने 2-4 दिन मैं आना गा, तो उन्होंने आ जाने दे। चल चल कोई ना आ जी। हाँ। मैं तो रसोई च काम करती सी, मैं क्या पूछा जाके की दिन गल करी जांदा। चल ठीक है। हेलो हेलो, ओके मैं चरणजीत। की हाल है तन्नी? ओ ठीक है। आप बनाई की स्कीम है? ओ स्कीम तो बन गई, स्कीम तो पूरा होन आ गया काम, एंड भी होने वाला। तू ए गल सुन ला, तू मेरी। हां तेनू परचाई नु नींद वाले कोले फड़ा के गया, ठीक है?
ते तू पी ना जेड़ा दुध तेनू भरजाई फड़ावे ना वो ना पी दूजा पी ते नाले भरजाई नू कही दो गिलासां च लै के आ ठीक है इस बहाने नाल ते उदू बाद मैं आपी आ जाऊं तेरे कोल उदू बाद सारी स्टोरी मैं दस्सूंगा मतलब उहनू क्यों ना फिर हां हां ठीक है भाई चंगा कोई गल नहीं रात कम हो गया पानी भर आ लो जी मतलब पानी का गिलास ले के यार पानी दे पानी पीना ਕੀ ਹੋ ਗਿਆ ਤੇ ਚੱਕਰ ਆਉਣ ਲੱਗ ਗਿਆ ਕਿਉਂ ਕੀ ਹੋਇਆ ਪੈ ਜੋ ਲੈ ਸਰਾਣਾ ਲੈ ਕੇ ਦਿੰਨੀ ਆ ਮੈਂ ਤੁਹਾਨੂੰ ਪੈ ਜੋ ਤੁਸੀਂ ਓ ਮੈਨੂੰ ਵੀ ਚੱਕਰ ਜਿਹਾ ਆਉਣ ਲੱਗ ਗਿਆ ਹਾਂ ਆਹ ਮੇਰੇ ਨਜ਼ਰ ਹੀ ਕਰ ਮੈਨੂੰ ਮਾਫ ਕਰ ਦੋ ਜੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇਦੋਂ ਬਾਅਦ ਕਦੇ ਨਹੀਂ ਕੋਈ ਗਲਤੀ ਕਰਦੀ ਮੈਂ ਕਮਲ ਗਿਆ ਤਾਂ ਤੈਨੂੰ ਅਹਿਸਾਸ ਕਰਾਉਣ ਵਾਸਤੇ ਕੀਤਾ ਸੀ ਸਾਰਾ ਕੁਝ ਹੁਣ ਤੈਨੂੰ ਅਹਿਸਾਸ ਹੋ ਗਿਆ ਨਾ ਮੈਨੂੰ ਆਪਣੀ ਗਲਤੀ ਦਾ ਬਹੁਤ ਵੱਡਾ ਅਹਿਸਾਸ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ ਹੁਣੇ ਤੁਸੀਂ ਵੀਡੀਓ ਦੇਖੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਸ ਦਾ ਕਰੈਕਟਰ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦਾ ਉਹ ਵੀ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਆ ਕਰੋ ਕਮੈਂਟ ਬਾਕਸ ਵਿੱਚ ਹੈ ਨਾ ਤੇ ਅਸੀਂ ਉਹਨਾਂ ਦੇ ਨਾਮ ਲੈਣਾ ਚਾਹੁੰਦੇ ਹਾਂ ਸਪੈਸ਼ਲੀ ਭਾਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਿਹੜੇ ਸਾਡੀ ਵੀਡੀਓ ਤੇ ਸਪੈਸ਼ਲੀ ਕਮੈਂਟ ਕਰਦੇ ਨੇ ਹਾਂਜੀ ਬੋਲੋ ਜੀ ਸੰਦੀਪ ਕੌਰ ਸਿੱਧੂ ਫਿਲਮ ਆਰ ਜੀ ਪਿਕਚਰ ਹਰਜੀਵਨ ਚਹਿਨ ਖਰਜਾ ਦੁਬਾਰਾ ਸੰਦੀਪ ਕੌਰ ਸਿੱਧੂ ਫਿਲਮ ਆਰ ਜੀ ਪਿਕਚਰ ਜੀਵਨ ਸਿੰਘ ਹਰਪ੍ਰੀਤ ਜਸਵਿੰਦਰ ਕੌਰ ਖੁਸ਼ੀ ਰਧਾਵਾ ਤੇ ਜੀਵਨ ਕੁਮਾਰ ਤੇ ਸੁਰਜੀਤ ਭੈਣੀ ਤੇ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਥੈਂਕ ਯੂ ਧੰਨਵਾਦ